ਹਾਂਜੀ ਦੋਸਤੋ, ਮੈਂ ਪਹੁੰਚ ਗਿਆ ਰੈੱਡ ਕਲਿਫ 'ਤੇ। ਇਹ ਹੈਗਾ ਜੌਨ ਓਕਸਲੇ ਮੈਮੋਰੀਅਲ ਪਾਰਕ, ਅਤੇ ਮੈਂ ਤੁਹਾਨੂੰ ਦਿਖਾਉਣਾ ਹੈਗਾ ਇੱਥੋਂ ਦਾ ਮਾਹੌਲ ਕਿੱਦਾਂ ਦਾ। ਸਵੇਰ ਦਾ ਅਰਲੀ ਮੋਰਨਿੰਗ 8 ਵਜੇ ਨੇ। ਚਲੋ ਆਓ ਸ਼ੁਰੂ ਕਰਦੇ ਆਪਾਂ ਵੀਡੀਓ। ਇਹਨਾਂ ਨੇ ਇਹਦੇ 'ਤੇ ਲਿਖਿਆ ਜੀ, ਇਹ ਜੋ ਸਮਾਰਕ ਬਣਾਇਆ ਹੋਇਆ ਹੈਗਾ ਇੱਥੇ 17 ਜੁਲਾਈ ਨੂੰ 1799 ਦੇ ਵਿੱਚ ਮੈਥਿਊ ਫਲਿੰਡਰਸ ਉਹ ਲੈਂਡ ਕੀਤਾ ਸੀ ਨੀਅਰ ਦਿਸ ਸਪੋਟ। ਅਤੇ ਇਹਨੂੰ 11 ਹੈਰੀਟੇਜ ਵਾਕ ਜੌਨ ਓਕਸਲੇ ਮੈਮੋਰੀਅਲ ਦਾ ਨਾਂ ਦਿੱਤਾ ਗਿਆ ਇਸ ਸਮਾਰਕ ਨੂੰ, ਇਸ ਪਾਰਕ ਨੂੰ। ਅਤੇ ਇੱਥੋਂ ਦਾ ਮਾਹੌਲ ਸਵੇਰ ਦਾ, ਸਾਹਮਣੇ ਆ ਰੋਡ ਹੈ। ਅਤੇ ਚਲੋ ਆਪਾਂ ਚੱਲਦੇ ਹਾਂ ਜੀ ਅੱਗੇ, ਦਿਖਾਉਣਾ ਤੁਹਾਨੂੰ ਇੱਥੋਂ ਦਾ ਸਵੇਰ ਦਾ ਮਾਹੌਲ, ਸਵੇਰ ਦਾ ਕਿਹੋ ਜਿਹਾ ਮਾਹੌਲ ਇੱਥੇ ਪਾਰਕ ਦੇ ਵਿੱਚ। ਲੋਕ ਵਾਕ ਕਰ ਰਹੇ ਹੈ, ਪਹਿਲਾਂ ਮੈਂ ਤੁਹਾਨੂੰ ਇੱਥੋਂ ਦਿਖਾਉਣਾ ਗਾ। ਇਹ ਥੋੜ੍ਹੀ ਜਿਹੀ ਉੱਚੀ ਜਗ੍ਹਾ ਹੈਗੀ, ਇੱਥੋਂ ਕਲੀਅਰ ਦਿਖੂਗਾ ਤੁਹਾਨੂੰ ਸਾਰਾ ਕੁਝ। ਦੇਖੋ ਜੀ, ਇਹ ਹੈਗੀ ਕਾਰ ਪਾਰਕਿੰਗ, ਉਹ ਪਰੇ ਆ ਸਮੁੰਦਰ ਦਾ ਬਿਊਟੀਫੁਲ ਦ੍ਰਿਸ਼। ਚਲੋ ਆਪਾਂ ਥੱਲੇ ਜਾਂਦੇ ਹਾਂ। ਇਹਨੇ ਗਟਾਰ ਨੇ ਆਂਡੇ ਦਿੱਤੇ ਹੋਣਗੇ ਇੱਥੇ, ਮੇਰੇ ਮਗਰ ਪੈ ਗਈ, ਮੇਰੇ ਠੁੰਗਾ ਮਾਰ ਰਹੀ ਸੀਗੀ। ਦੇਖੋ ਕਹਿੰਦੀ ਚਲਾ ਜਾ ਇੱਥੋਂ, ਮੇਰਾ ਖਿਆਲ ਇਹਦੇ ਉੱਪਰ ਇਹਦੇ ਆਂਡੇ ਹੋਣਗੇ ਪੱਕਾ, ਸ਼ੋਰ ਹੈ। ਚਲੋ ਆਪਾਂ ਫਿਰ ਥੱਲੇ ਚੱਲ ਕੇ ਦੇਖਦੇ ਹਾਂ ਥੱਲੇ ਵਾਲਾ ਮਾਹੌਲ। ਇਹ ਬ੍ਰਿਸਬੇਨ ਤੋਂ 35 ਕਿਲੋਮੀਟਰ ਹੈਗਾ ਗਾ ਨੌਰਥ ਈਸਟ ਸਾਈਡ। ਹਾਂਜੀ ਆਪਾਂ ਥੱਲੇ ਪਹੁੰਚ ਗਏ ਹਾਂ। ਉਹ ਸਾਹਮਣੇ ਜਾਟੀ ਹੈ, ਉਹ ਲੋਕ ਜਾਟੀ 'ਤੇ ਵਾਕ ਕਰਦੇ ਆ ਸੁਬਹਾ ਸੁਬਹਾ, ਉਹਦਾ ਬਹੁਤ ਵਧੀਆ ਮਾਹੌਲ ਹੁੰਦਾ। ਉੱਥੇ ਵੀ ਕਾਫੀ ਲੋਕ ਹੈਗੇ ਨੇ, ਪਰ ਮੈਂ ਜਾਟੀ ਤੋਂ ਕਿਲੋਮੀਟਰ ਦੂਰ ਹੈ। ਇੱਕ ਦਿਨ ਸਵੇਰ ਦੇਖੋ ਬਿਊਟੀਫੁਲ ਸਵੇਰ। ਇੱਧਰ ਬਾਸਕਟਬਾਲ ਗਰਾਊਂਡ ਹੈ, ਛੋਟੇ ਬੱਚਿਆਂ ਦੇ ਖੇਡਣ ਵਾਸਤੇ, ਜਾਂ ਵੱਡੇ ਵੀ ਖੇਡ ਸਕਦੇ ਸ਼ਾਮ ਨੂੰ। ਇੱਦਾਂ ਦਾ ਮਾਹੌਲ ਹੈ। ਉਹ ਸਾਹਮਣੇ ਦਿਖ ਰਹੀ ਹੈ ਬ੍ਰਿਸਬੇਨ ਪੋਰਟ, ਮੈਂ ਥੋੜ੍ਹਾ ਕਲੋਜ਼ ਜਾਣ ਦੀ ਕੋਸ਼ਿਸ਼ ਕਰਦਾ। ਮੇਰੇ ਖਿਆਲ ਜ਼ਿਆਦਾ ਕਲੋਜ਼ ਮੈਂ ਜਾ ਨਹੀਂ ਸਕਦਾ ਹੈਗਾ, ਕਿਉਂਕਿ ਉਹ ਮੇਰੇ ਤੋਂ ਹੈਗੀ ਹੈ 25 ਕਿਲੋਮੀਟਰ ਦੇ ਕਰੀਬ।
ਇਹ ਬ੍ਰਿਜ ਹੈ, ਰੈੱਡ ਕਲਿਫ ਬ੍ਰਿਜ। ਇੱਕ ਡੇਢ ਕਿਲੋਮੀਟਰ, 2 ਕਿਲੋਮੀਟਰ ਲੰਬਾ ਬ੍ਰਿਜ ਹੋਣਾ ਮੇਰੇ ਖਿਆਲ, ਜੋ ਕਿ ਰੈੱਡ ਕਲਿਫ ਨੂੰ ਬ੍ਰਿਸਬੇਨ ਦੇ ਸੈਂਡਗੇਟ ਏਰੀਏ ਨਾਲ ਜੋੜਦਾ ਹੈ। ਉਹ ਸਾਹਮਣੇ ਬ੍ਰਿਸਬੇਨ ਸਿਟੀ ਆ ਗਿਆ।